ਆਪ机会 ਹੋਰ ਵੀ ਬੜੀਆਂ ਸੀ ਤੁਹਾਡੇ ਬ੍ਰਦਰ ਜਿਹੜੇ ਨੇ ਤੁਹਾਡੀ ਫੈਮਿਲੀ ਹੋਰ ਵੀ ਸਹਜ ਜਿਹੜੇ ਨੇ ਉਹ ਫੋਰਨ ਨੇ ਬਿਲਕੁਲ ਵੈਸਟਰਨ ਕੰਟਰੀ ਚ ਨੇ ਕੋਈ ਆਸਟ੍ਰੇਲੀਆ ਹੈ ਕੋਈ ਇੰਗਲੈਂਡ ਹੈ ਕੋਈ ਅਮਰੀਕਾ ਹੈ ਤੁਹਾਨੂੰ ਵੀ ਤਾਂ ਕਾਫੀ ਉਹ ਖਿੱਚ ਰਹੇ ਨੇ ਉਧਰ ਪਾਸੇ ਬਿਲਕੁਲ 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 ਕੀ ਆਈਡੀਆ ਹੈ ਆਈਡੀਆ ਇਸ ਤਰ੍ਹਾਂ ਜੀ ਸ਼ੁਰੂ ਚ ਥੋੜਾ ਮਨ ਬਣਿਆ ਸੀ ਕਿ ਬਾਹਰ ਜਾ ਕੇ ਸੈਟਲ ਹੋ ਜਾਣਾ میوزਿਕ ਫੀਲਡ ਚ ਪਰ ਇਹ ਕਿ ਜਦੋਂ ਪਿਤਾ ਜੀ ਦਾ ਹੋ ਗਿਆ ਇਸ ਤਰ੍ਹਾਂ ਤੇ ਫਿਰ ਅਸੀਂ ਮੈਂ ਮੇਰੇ ਵੱਡੇ ਪਰਾ ਸੌਰਿਤ ਪਰਮਜੀ ਉਸ ਵੇਲੇ ਆਸਟ੍ਰੇਲੀਆ ਰਹਿੰਦੇ ਨੇ ਤੇ ਉਹਨਾਂ ਕੋਲ ਵੀ ਮੈਂ ਸਿੱਖਦਾ ਤੇ ਉਹਨਾਂ ਨੇ ਮੇਰੀ ਮਦਦ ਨੇ ਅਸੀਂ ਬੈਕ ਕਿ ਡਿਸਾਈਡ ਕੀਤਾ ਕਿਉਂਕਿ ਪੇਰੈਂਟਸ ਦਾ ਜਿਸ ਤਰ੍ਹਾਂ ਹੁੰਦਾ ਕਿ ਨਹੀਂ ਬੱਚੇ ਪੜਨ ਚੰਗਾ ਪੜਨ ਆਪਣਾ ਅਫਸਰ ਬਣਨ ਵੱਡੇ ਵੱਡੇ ਇਹ ਇਹਨਾਂ ਦੀ ਖੁਆਇਸ਼ ਸੀਗੀ ਤੇ ਤਬ ਲਾਇਆ ਜਾ ਹਬੀ ਰੱਖਣ ਕਿਉਂਕਿ ਕਾਫੀ ਮੁਸ਼ਕਿਲ ਹੈ ਇਹਦੇ ਵਿੱਚ ਨਾ ਉਹ ਜਿੱਦਾਂ ਹੁੰਦੇ ਨਾ ਕੀ ਕਹਿੰਦੇ ਉਹਨੂੰ ਦਲਦਲ ਉਹ ਕਮਲ ਦਾ ਫੁੱਲ ਖਿਲਦਾ ਵਿੱਚ ਉਹ ਜੇ ਨਿਕਲਣਾ ਬਹੁਤ ਹੀ ਮੁਸ਼ਕਿਲ ਹੈ ਮਿਊਜ਼ਿਕ ਫੀਲਡ ਚ ਪਰ ਇਹ ਕੀ ਉਹ ਚਾਹਦੇ ਸੀ ਪੜਨ ਤੇ ਉਹ ਵੀ بڑے ਵੀ ਸੀ ਉਹ ਮੈਂ ਵੀ ਲਾਸਟ ਇਅਰ ਹੋਣੀ ਮੈਂ ਸਾਊਂਡ ਇੰਜੀਨੀਅਰਿੰਗ ਕਰਕੇ ਆਇਆ ਨਿਊਜ਼ੀਲੈਂਡ ਤੋਂ ਤੇ ਮੈਂ ਤੁਸੀਂ ਕਹ ਲਓ ਇੰਜੀਨੀਅਰ ਵੀ ਕਹਿ ਸਕਦੇ ਹੋ ਸਾਊਂਡ ਇੰਜੀਨੀਅਰ ਤੇ ਬ੍ਰਦਰ ਵੀ ਆਫਿਸਰ ਲਾਈਨ ਚ ਉਹ ਸੀਏ ਹੈ ਬ੍ਰਦਰ ਭਈਆ ਭਾਬੀ ਦੋਨੋਂ ਸੀਏ ਹੈਗੇ ਤੇ ਉਹਨਾਂ ਨੇ ਡਿਸਾਈਡ ਕੀਤਾ ਉਹ ਮਦਰ ਕਹਿੰਦੇ ਕਿ ਨਹੀਂ ਇੱਕ ਬੱਚਾ 뮤직 ਲਾਈਨ ਚ ਆਏ ਜਿਹੜਾ ਕਹਿੰਦੇ ਕਿ ਪਾਪਾ ਜੀ ਸਟੇਜ ਖਾਲੀ ਨਹੀਂ ਰਹਿਣੀ ਚਾਹੀਦੀ ਉਹ ਕਹਿੰਦੇ ਤੇ ਉਹ ਥੋੜਾ ਜਿਹਾ ਸ਼ੁਰੂ ਚ ਥੋੜਾ ਮੁਸ਼ਕਿਲ ਲੱਗਿਆ ਪਰ ਉਹਨ ਕਰਦੇ ਕਰਦੇ ਉਹ ਮੈਨੂੰ ਇੰਨਾ ਚੰਗਾ ਲੱਗਦਾ ਉਹ ਜਦੋਂ ਲੋਕੀ ਯਾਦ ਕਰਦੇ ਐ ਹੁਣ ਮੈਂ ਤੁਹਾਨੂੰ ਇੱਕ ਇੱਕ ਇਨਸੀਡੈਂਟ ਦੱਸਦਾ ਕੈਨੇਡਾ ਦਾ ਮੈਂ ਉੱਥੇ ਪਰਫਾਰਮ ਕੀਤਾ ਤੇ ਖਤਮ ਹੋ ਗਿਆ ਸ਼ੋਅ ਕਾਫੀ ਤਾਲੀਆਂ ਵਜੀਆਂ ਤੇ ਕਈ ਲੋਕੀ ਆਏ ਮੇਰੇ ਕੋਲ ਪਾਪਾ ਦੇ ਸਟੂਡੈਂਟ ਸੀਗੇ ਕਈ ਨੋਨ ਉਦਹੀਂ ਜਾਣਦੇ ਸੀਗੇ ਪਿਤਾ ਜੀ ਨੂੰ ਤੇ ਆਏ ਤੁਸੀਂ ਪਹੁੰਚਦੇ ਬੈਠੇ ਹੋ ਮੈਂ ਮੈਂ ਤਾਂ ਖੁਸ਼ ਹੋ ਗਿਆ ਹਾਂ ਜੀ ਮੈਂ ਉਹਨਾਂ ਦਾ ਬੇਟਾ ਪਰ ਮੈਂ ਪੁੱਛਿਆ ਉਹਨਾਂ ਨੂੰ ਤੁਸੀਂ ਕਿਵੇਂ ਪਛਾਣਿਆ ਮੈਨੂੰ ਕਹਿੰਦੇ ਨੇ ਤੁਹਾਡਾ ਨੱਕ ਵੇਖ ਕੇ ਤੁਹਾਡਾ ਹੱਥ ਵੇਖ ਕੇ ਉਹ ਨੂਜ਼ ਮੇਰੀ ਥੋੜੀ ਮਿਲਦੀ ਹੈ ਪਾਪਾ ਜੀ ਨਾਲ ਤੇ ਹੱਥ ਜਿੱਦਾਂ ਦੇ ਤੁਸੀਂ ਕਰਾਨੇ ਚ ਚਲਦੇ ਹੋ ਉਦਾਂ ਤਾਂ ਤੁਹਾਡੀ ਚਲਕ ਪੈਂਦੀ ਹੈ ਸਾਹਮਣੇ ਤੇ ਮੈਨੂੰ ਇੰਨੀ ਖੁਸ਼ੀ ਹੋਈ ਤੇ ਮੈਂ ਕਿਹਾ ਹੁਣ ਮੈਂ ਇਸ ਚੀਜ਼ ਨੂੰ ਨਾ ਛੱਡਣਾ ਨਹੀਂ ਹਾਂ ਮੈਂ ਇਹ ਮੈਂ ਕਰਨਾ ਹੈ ਹੁਣ ਚਾਹੇ ਮੈਨੇ ਹੋਰ ਕੁਝ ਛੱਡ ਜੇ ਇਹ ਨਹੀਂ ਮੈਂ ਛੱਡਣਾ ਬਹੁਤ ਬੜੀ ਬਹੁਤ ਬੜੀ ਅਭਿਰਭ ਤੁਸੀਂ ਬੜਾ ਕਮਾਲ ਕੀਤਾ ਜਿਹੜੇ